ਉੱਠ ਕਬਰਾਂ ਵਿੱਚੋਂ ਬੋਲ ਮੈਂ ਆਖਾਂ ਵਾਰਿਸ ਸ਼ਾਹ ਨੂੰ ਉੱਠ ਕਬਰਾਂ ਵਿੱਚੋਂ ਬੋਲ ਅੱਜ ਐਸ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਅੱਜ ਐਸ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਤੀ ਪੰਜਾਬ ਦੀ ਵਾਰਸ਼ਾਹ ਨੇ ਹੀਰ ਲਿਖੀ ਸੀ ਨਾ ਜੀ ਇੱਕ ਰੋਈ ਤੀ ਪੰਜਾਬ ਦੀ ਤੂੰ ਲਿਖ ਲਿਖ ਸੁੱਤੇ ਵਹਿਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਾਉਂਦੀ ਪਰੀ ਚਨਾਬ ਉੱਠ ਦਰਦ ਮੰਡਾ ਦਿਆ ਕਰਦੀਆਂ ਤੇ ਵੇਖ ਆਪਣਾ ਪੰਜਾਬ ਜਨਾਬ ਡਾਕਟਰ ਕ੍ਰਿਸਟੋਫਰ ਸਾਹਿਬ ਮੇਰੀ ਭੈਣ ਅਕੀਲਾ ਨਾਜ਼ ਸਾਹਿਬਾ ਮੇਰੇ ਮੋਹਤਰਮ ਬਜ਼ੁਰਗ ਜਨਾਬ ਨਦੀਮ ਸਾਹਿਬ ਮੇਰੇ ਵੱਡੇ ਭਾਈ ਤੇ ਬਜ਼ੁਰਗ ਜਨਾਬ ਇਮਤਿਆਜ਼ ਅਲੀ ਅਸਦ ਸਾਹਿਬ ਮੇਰੀ ਕਾਇਦ ਜਨਾਬ ਮੁਨੱਵਰ ਬੀਬੀ ਸਾਹਿਬਾ ਮੇਰੇ PDF ਦੇ ਮੁਨਜ਼ਮ ਸਾਥੀਓ ਤੇ ਮੇਰੀ ਥਾਪਾ ਬ੍ਰਿਗੇਡ ਦੀ ਜ਼ਰੂਰਤਮੰਦ ਜਰਨੈਲ ਸਾਥੀਓ ਤੁਹਾਨੂੰ ਮੇਰੇ ਵੱਲੋਂ ਸੁਰਖ ਸਲਾਮ ਮੈਂ ਤੁਹਾਡੇ ਸਾਹਮਣੇ ਜ਼ਿਆਦਾਤਰ ਗੱਲਾਂ ਹੋ ਚੁੱਕੀਆਂ ਨੇ ਮੇਰੀ ਭੈਣ ਅਕੀਲਾ ਨੇ ਮੇਰੀ ਭੈਣ ਮੁਨੱਵਰ ਬੀਬੀ ਨੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਵਾਜ਼ਿਹ ਕਰ ਦਿੱਤੀਆਂ ਨੇ ਤੁਹਾਡੇ ਸਾਹਮਣੇ ਜਿਹੜਾ ਇੱਕ ਰਾਏ ਅਮਲ ਸੀ ਉਹ ਮੁਤੈਨ ਕਰ ਦਿੱਤਾ ਕਿ ਤੁਸੀਂ ਕਿਹੜੇ ਰਸਤੇ ਦੇ ਉੱਤੇ ਚੱਲਣਾ ਹੁਣ ਮੇਰੇ ਕਹਿਣ ਲਈ ਬਹੁਤੀਆਂ ਗੱਲਾਂ ਨਹੀਂ ਰਹਿ ਗਈਆਂ ਲੇਕਿਨ ਮੈਂ ਫਿਰ ਵੀ ਸਮਝਣਾ ਕਿ ਕੁਛ ਗੱਲਾਂ ਐਸੀਆਂ ਹੈ ਨੇ ਜਿਹੜੀਆਂ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨਾ ਜ਼ਰੂਰੀ ਨੇ ਜਿਹੜਾ ਮੈਂ ਸਮਝਣਾ ਕਿ ਮੈਂ ਤੁਹਾਡੇ ਨਾਲ ਬਿਆਨ ਕਰਾਂ ਜਿਹੜਾ ਮੈਂ ਸਮਝਣਾ ਕਿ ਉਹ ਸਾਡੇ ਸਾਰਿਆਂ ਲਈ ਜਾਣਨਾ ਜ਼ਰੂਰੀ ਨੇ ਔਰ ਉਹ ਗੱਲ ਹੈ ਵੇ ਕਿ ਅੱਜ ਮੈਨੂੰ ਡਾਕਟਰ ਸਾਹਿਬ ਨੇ ਇੱਥੇ ਖਵਾਤੀਨ ਦੇ ਆਲਮੀ ਦਿਨ ਦੇ ਹਵਾਲੇ ਨਾਲ ਬੁਲਾਇਆ ਖਵਾਤੀਨ ਦੇ ਹਕੂਕ ਦੇ ਹਵਾਲੇ ਨਾਲ ਬੁਲਾਇਆ ਤੇ ਮੈਂ ਜ਼ਰੂਰੀ ਸਮਝਣਾ ਕਿ ਮੈਂ ਖਵਾਤੀਨ ਦੇ ਆਲਮੀ ਹਕੂਕ ਦੇ ਉੱਤੇ ਗੱਲ ਕਰਾਂ ਮੈਂ ਬਜ਼ਾਹਿਰ ਜਾਂ ਆਗਾਜ਼ ਤੇ ਘਰੇਲੂ ਤਸ਼ੱਦਦ ਤੋਂ ਵੀ ਕਰ ਸਕਣਾ ਇਸ ਗੱਲ ਤੋਂ ਵੀ ਆਗਾਜ਼ ਕਰ ਸਕਣਾ ਕਿ ਅਸੀਂ ਆਪ ਆਪਣੀ ਬੀਬੀਆਂ ਨੂੰ ਆਪਣੀ ਔਰਤਾਂ ਨੂੰ ਆਪਣੀ ਮਾਵਾਂ ਨੂੰ ਆਪਣੀ ਭੈਣਾਂ ਨੂੰ ਬਰਾਬਰ ਦਾ ਦਰਜਾ ਨਹੀਂ ਦਿੰਦੇ ਉਹਨਾਂ ਨੂੰ ਘਰੇਲੂ ਤਸ਼ੱਦਦ ਦਾ ਸ਼ਿਕਾਰ ਕਰਨੇ ਆ ਸਲੀਮ ਪਾਰਸ ਹਰ ਰੋਜ਼ ਮੇਰੇ ਕੋਲ ਇੱਕ ਐਸਾ ਕੇਸ ਲੈ ਕੇ ਆਉਂਦਾ ਹੈ ਜਿੱਥੇ ਪਤਾ ਚੱਲਦਾ ਕਿ ਨੂੰਹ ਨੇ ਚੁੱਕੇ ਜਹੇਜ਼ ਨਹੀਂ ਸੀ ਦਿੱਤਾ ਇਸ ਲਈ ਉਹਨੂੰ ਮਾਰ ਮਾਰ ਕੇ ਉਹਦੇ ਸਹੁਰੇ ਨੇ ਉਹਦੇ ਖਾਵੰਦ ਨੇ ਉਹਦੇ ਦਿਓਰ ਨੇ ਉਹਨੂੰ ਮਾਰ ਮਾਰ ਕੇ ਪਾਗਲ ਕਰ ਦਿੱਤਾ ਔਰ ਥਾਣੇ ਨੇ ਕੀ ਕੀਤਾ ਕਿ ਉਹਨੂੰ ਕਲਾਇਆ DHQ ਉਹਦੇ ਉੱਤੇ ਨੀਲਗੂ ਨਿਸ਼ਾਨ ਲਿਖੇ ਤੇ ਉਹਦਾ ਪਰਚਾ ਵੀ ਨਾ ਹੋ ਸਕਿਆ ਮੈਂ ਇਸ ਗੱਲ ਤੋਂ ਵੀ ਆਗਾਜ਼ ਕਰ ਸਕਣਾ ਕਿ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਦੋਂ ਚੁੱਲ੍ਹੇ ਫੜਦੇ ਨੇ ਤੇ ਉਸ ਘਰ ਦਾ ਸਰਪ੍ਰਸਤ ਕਿਉਂ ਨਹੀਂ ਮਰਦਾ ਉਸ ਘਰ ਦੀ ਨੂੰਹ ਹੀ ਕਿਉਂ ਮਰਦੀ ਹੈ ਮੈਂ ਚਾਹਾਂ ਤੇ ਇਸ ਗੱਲ ਤੋਂ ਵੀ ਆਗਾਜ਼ ਕਰ ਸਕਦਾ ਕਿ ਸੜਕ ਦੇ ਉੱਤੇ ਵੀ ਇੱਟਾਂ ਚੁੱਕ ਕੇ ਕੰਮ ਕਰਨ ਵਾਲੀ ਮਜ਼ਦੂਰ ਔਰਤ ਨੂੰ ਉਹ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਜਿਹੜਾ ਬਾਕੀ ਦੇ ਮਜ਼ਦੂਰਾਂ ਨੂੰ ਦਿੱਤਾ ਜਾਂਦਾ ਹੈ ਮੈਂ ਇਸ ਗੱਲ ਦਾ ਆਗਾਜ਼ ਸਾਇਮਨ ਜੁਬੋਆ ਤੋਂ ਵੀ ਕਰ ਸਕਣਾ ਜਿਹੜੀ ਇੱਕ ਫਰਾਂਸ ਦੀ ਲੀਡਰ ਸੀ ਔਰ ਉਹਨੇ ਖਵਾਤੀਨ ਦੇ ਹਕੂਕ ਵਾਸਤੇ ਆਪਣੀ ਜਾਨ ਦਿੱਤੀ ਲੇਕਿਨ ਮੈਂ ਇਸ ਧਰਤੀ ਦਾ ਬੇਟਾ ਵਾਂ ਇਸ ਜ਼ਮੀਨ ਦਾ ਬੇਟਾ ਵਾਂ ਜਿਹਦੇ ਵਾਸਤੇ ਜਿਹਦੀ ਮਲਕੀਅਤ ਦੇ ਵਾਸਤੇ ਤੁਸੀਂ ਜਿੱਦੋ ਜੋਤ ਕਰ ਰਹੇ ਹੋ ਅਸੀਂ ਰਲ ਕੇ ਜਿੱਦੋ ਜੋਤ ਕਰ ਰਹੇ ਹਾਂ ਇੱਕ ਇਨਕਲਾਬ ਬਰਪਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਲੋਕ ਇਨਕਲਾਬ ਦਾ ਪਹਿਲਾ ਕਤਰਾ ਹੋ ਤੁਸੀਂ ਲੋਕ ਇਨਕਲਾਬ ਦੇ ਉਹ ਅਜ਼ੀਮ ਲੀਡਰ ਹੋ ਜਿਨ੍ਹਾਂ ਨੇ ਥਾਪੇ ਦੇ ਜ਼ੋਰ ਦੇ ਉੱਤੇ ਵੱਡੀ ਤੋਂ ਵੱਡੀ ਹਕੂਮਤਾਂ ਨੂੰ ਹਿਲਾ ਕੇ ਰੱਖ ਦਿੱਤਾ ਲੇਕਿਨ ਮੇਰੀ ਉਹ ਭੈਣੋ ਮੇਰੇ ਭਰਾਵੋ ਤੇ ਮੇਰੇ ਸਾਥੀਓ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਤਾਰੀਖ ਦੀ ਇੱਕ ਗੱਲ ਦੱਸਣਾ ਚਾਹੁੰਦਾ ਉਹ ਹੈ ਵੇ ਕਿ ਅੱਜ ਕਿ 8 ਮਾਰਚ ਦਾ ਦਿਨ ਕਿਉਂ ਮਨਾਇਆ ਜਾਂਦਾ ਹੈ ਇਹ ਆਲਮੀ ਦਿਨ ਕਿੱਥੋਂ ਸ਼ੁਰੂ ਹੋ ਗਿਆ ਕਿੱਥੋਂ ਖਵਾਤੀਨ ਨੂੰ ਖਿਆਲ ਆ ਗਿਆ ਕਿ ਸਾਡੇ ਵੀ ਕੋਈ ਹਕੂਕ ਨੇ ਇਹਦੇ ਵਿੱਚ ਮੈਂ ਤੁਹਾਨੂੰ ਵਾਜ਼ੇ ਕਰ ਦਵਾਂ ਕਿ ਇਹਦੇ ਵਿੱਚ ਮਰਦ ਤੇ ਖਾਤੂਨ ਦਾ ਕੋਈ ਫਰਕ ਨਹੀਂ ਸੀ ਇਹ ਮਰਦ ਤੇ ਔਰਤ ਦਾ ਕੋਈ ਫਰਕ ਨਹੀਂ ਸੀ ਹੈਗਾ 8 ਮਾਰਚ 1907 ਦੇ ਵਿੱਚ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਅਮਰੀਕਾ ਦੀ ਇਨਕਲਾਬੀ ਪਾਰਟੀ ਸਮਝ ਲਓ ਭਈ ਅਮਰੀਕਾ ਦੀ ਪੀਪਲਸ ਡੈਮੋਕਰੇਟਿਕ ਫਰੰਟ ਗੁਰਬਤ ਜਹਾਲਤ ਬੇਰੋਜ਼ਗਾਰੀ ਤੇ ਮਹਿੰਗਾਈ ਦੇ ਖਿਲਾਫ ਇਤਜਾਜ ਕਰ ਰਹੀ ਸੀ ਔਰ ਉਸ ਟਾਈਮ ਦੇ ਹੁਕਮਰਾਨਾਂ ਨੇ ਫੌਜ ਤੇ ਪੁਲਿਸ ਤੇ ਆਪਣੇ ਜ਼ਾਤੀ ਗੁੰਡਿਆਂ ਦਾ ਸਹਾਰਾ ਲੈ ਕੇ ਉਹਨਾਂ ਔਰਤਾਂ ਨੂੰ ਚੁੱਕ ਲਿਆ ਔਰ ਉਹਨਾਂ ਨੂੰ ਨਾ ਸਿਰਫ ਜਿਸਮਾਨੀ ਜਬਰੂ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਬਲਕਿ ਜਿਨਸੀ ਜਬਰੂ ਤਸ਼ੱਦਦ ਦਾ ਵੀ ਨਿਸ਼ਾਨਾ ਬਣਾਇਆ ਗਿਆ ਉਸ ਦਿਨ ਤੋਂ
ਔਰਤਾਂ ਨੇ ਸੋਚ ਲਿਆ ਕਿ ਅਸੀਂ ਮਰਦਾਂ ਤੋਂ ਕਿਸੇ ਲਿਹਾਜ਼ ਨਾਲ ਘੱਟ ਨਹੀਂ ਆ ਸਾਨੂੰ ਆਪਣੇ ਥਾਪੇ ਦੇ ਜ਼ੋਰ ਤੇ ਆਪਣੇ ਜ਼ਿਹਨ ਦੇ ਜ਼ੋਰ ਤੇ ਆਪਣੀ ਤਾਕਤ ਨੂੰ ਮਨਵਾਉਣਾ ਪਏਗਾ ਔਰ ਫਿਰ ਅਗਲੇ ਸਾਲ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਨਿਊਯਾਰਕ ਦੇ ਵਿੱਚ ਇਹ ਤਹਿਰੀਕ ਪੇਸ਼ ਕੀਤੀ ਕਿ ਅੱਜ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ 8 ਮਾਰਚ ਔਰਤਾਂ ਦੀ ਆਜ਼ਾਦੀ ਦਾ ਦਿਨ ਹੋਏਗਾ ਇਸ ਤਹਿਰੀਕ ਨੂੰ ਲੈ ਕੇ ਰੂਸ ਦੀਆਂ ਔਰਤਾਂ ਅੱਗੇ ਚੱਲੀਆਂ ਚੀਨ ਦੀਆਂ ਔਰਤਾਂ ਅੱਗੇ ਚੱਲੀਆਂ ਔਰ ਅੱਜ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਅੱਜ ਮੇਰੀਆਂ ਆਪਣੀਆਂ ਤਹਿਰੀਕ ਨੂੰ ਅੱਗੇ ਲੈ ਕੇ ਚੱਲ ਰਹੀਆਂ ਨੇ ਅੱਜ ਇਸ ਇਨਕਲਾਬ ਨੂੰ ਅੱਗੇ ਲੈ ਕੇ ਚੱਲ ਰਹੀਆਂ ਨੇ ਇਹਨਾਂ ਬੱਚਿਆਂ ਵਾਸਤੇ ਇਨਕਲਾਬ ਇਹਨਾਂ ਸਾਰੀ ਨਸਲਾਂ ਵਾਸਤੇ ਇਨਕਲਾਬ ਲਿਆਉਣ ਵਾਸਤੇ ਇਸ ਟਾਈਮ ਤਿਆਰ ਨੇ ਔਰ ਮੈਨੂੰ ਯਕੀਨ ਹੈ ਕਿ ਪਿਛਲੇ ਲੌਂਗ ਮਾਰਚ ਦੇ ਵਿੱਚ ਜਿਹੜੇ ਮੈਂ ਨਾਰੇ ਲਾਏ ਸਨ ਅੱਜ ਵੀ ਸਾਰਿਆਂ ਨੂੰ ਯਾਦ ਹੋਏਗਾ ਯਾਦ ਜੇ ਇਨਕਲਾਬ ਨਹੀਂ ਆ ਇਨਕਲਾਬ ਜ਼ਿੰਦਾਬਾਦ ਭੁੱਲ ਗਏ ਸਾਲ ਚ ਤਬਦੀਲੀ ਭੁੱਲ ਗਏ ਇਨਕਲਾਬ ਇਨਕਲਾਬ ਮੈਂ ਗੁਜ਼ਾਰਿਸ਼ ਕਰ ਦੇਣਾ ਚਾਹੁੰਦਾ ਕਿ ਮਜ਼ਹਬੀ ਬੁਨਿਆਦ ਪ੍ਰਸਤ ਕੁਛ ਵੀ ਕਹਿਣ ਵੱਡੇ ਵੱਡੇ ਸਕਾਲਰ ਜੋ ਵੀ ਕਹਿਣ ਮੈਂ ਜ਼ਾਤੀ ਤੌਰ ਤੇ ਸਮਝਣਾ ਕਿ ਮਰਦ ਤੇ ਔਰਤ ਦੇ ਵਿੱਚ ਕੋਈ ਤਕਸੀਮ ਨਹੀਂ ਹੈ ਮਰਦ ਔਰ ਔਰਤ ਦੇ ਵਿੱਚ ਕੋਈ ਫਰਕ ਨਹੀਂ ਹੈ ਲੇਕਿਨ ਸਾਡੇ ਮਜ਼ਹਬੀ ਪੰਡਤਾਂ ਨੇ ਮੌਲਵੀਆਂ ਨੇ ਪਾਦਰੀਆਂ ਨੇ ਗੁਰੂਆਂ ਨੇ ਯਹੂਦੀਆਂ ਦੇ ਰਾਹਬਾਂ ਨੇ ਇਹ ਤਫਰੀਕ ਪੈਦਾ ਕਰ ਦਿੱਤੀ ਸਿਰਫ ਇਸ ਵਾਸਤੇ ਕਿ ਮਰਦ ਤੇ ਔਰਤ ਇਕੱਠੇ ਹੋ ਕੇ ਆਪਣੇ ਹਕੂਕ ਵਾਸਤੇ ਨਾ ਚੱਲ ਸਕਣ ਇਹਨਾਂ ਮਜ਼ਹਬੀ ਪੰਡਤਾਂ ਨੇ ਇਹ ਤਫਰੀਕ ਸਿਰਫ ਇੱਥੇ ਹੀ ਪੈਦਾ ਨਹੀਂ ਕੀਤੀ ਮੁੱਲਾ ਕਹਿੰਦਾ ਕਿ ਚਾਦਰ ਤੇ ਚਾਰ ਦੀਵਾਰੀ ਦੇ ਨਾਂ ਦੇ ਉੱਤੇ ਔਰਤ ਨੂੰ ਘਰ ਦੇ ਵਿੱਚ ਬੰਦ ਕਰ ਦਿਓ ਤਾਂ ਕਿ ਬਾਹਰ ਨਿਕਲ ਕੇ ਆਪਣੇ ਹਕੂਕ ਵਾਸਤੇ ਜਿੱਦੋ-ਜਹਿਦ ਨਾ ਕਰ ਸਕੇ ਮਜ਼ਹਬੀ ਪੇਸ਼ਵਾ ਮਸੀਹਤ ਦਾ ਮਜ਼ਹਬੀ ਪੇਸ਼ਵਾ ਕਹਿੰਦਾ ਕਿ ਤੁਸੀਂ ਉਹ ਮੁਕੱਦਸ ਖਵਾਤੀਨ ਦੇ ਪਿੱਛੇ ਪਿੱਛੇ ਚੱਲੋ ਜਿਨ੍ਹਾਂ ਦਾ ਕੰਮ ਸਿਰਫ ਖੁਦਾਵੰਦ ਦੀ ਇਤਾਅਤ ਸੀ ਓਏ ਉਹਨਾਂ ਨੇ ਤੇ ਸਾਡੇ ਸਿਰ ਉੱਤੇ ਨੂੰ ਚੁੱਕ ਦਿੱਤੇ ਨੇ ਅਸਮਾਨ ਵੱਲ ਜੇ ਤੁਸੀਂ ਥੱਲੇ ਕਦੇ ਦੇਖੀਏ ਆਪਣੀ ਗਰਾਊਂਡ ਰਿਐਲਿਟੀਜ਼ ਨੂੰ ਕਿਵੇਂ ਦੇਖੀਏ ਆਪਣੇ ਜ਼ਮੀਨੀ ਮਸਾਇਲ ਨੂੰ ਕਿਵੇਂ ਦੇਖੀਏ ਇਸ ਲਈ ਉਹਨਾਂ ਨੇ ਮੁਨਾਫਕਤ ਦੇ ਨਾਲ ਕੰਮ ਲੈਂਦੇ ਹੋਏ ਸਾਡੀਆਂ ਨਜ਼ਰਾਂ ਉੱਤੇ ਨੂੰ ਚੁੱਕ ਦਿੱਤੀਆਂ ਸਾਡੀਆਂ ਨਜ਼ਰਾਂ ਜੰਨਤ ਵਿੱਚ ਨੂੰ ਲਾ ਦਿੱਤੀਆਂ ਤੇ ਜੰਨਤ ਦੇ ਵਿੱਚ ਵੀ ਇਹ ਦੇਖੋ ਕਿ ਜਿਨਸ ਦੀ ਤਕਸੀਮ ਕੈਸੀ ਹੈ ਕਿ ਜਿਹੜੇ ਮਰਦ ਹਜ਼ਰਾਤ ਨੇ ਉਹਨਾਂ ਨੂੰ ਤੇ ਮਿਲਣਗੀਆਂ ਹੂਰਾਂ ਜਿਹੜੇ ਮਰਦ ਹਜ਼ਰਾਤ ਨੇ ਉਹਨਾਂ ਨੂੰ ਤੇ ਮਿਲਣਗੀਆਂ ਹੂਰਾਂ ਕਮ ਸੇ ਕਮ ਨੇਕ ਮਰਦ ਹਜ਼ਰਾਤ ਇਮਤਿਆਜ਼ ਵੀ ਬੈਠੇ ਨੇ ਉਹਨਾਂ ਨੂੰ ਤੇ ਮਿਲ ਜੇਗੀ ਹੂਰ ਤੇ ਜਿਹੜੀਆਂ ਮੇਰੀਆਂ ਬੀਬੀਆਂ ਬੈਠੀਆਂ ਨੇ ਉਹਨਾਂ ਨੂੰ ਕੀ ਮਿਲਣਾ ਉਹਨਾਂ ਨੂੰ ਉੱਥੇ ਵੀ ਮਜ਼ਦੂਰੀ ਕਿਉਂਕਿ ਹੂਰ ਜਿਹੜੀ ਹੈ ਉਹ ਫੈਮਿਨਨ ਹੈਗੀ ਹੈ ਇੱਕ ਔਰਤ ਹੈਗੀ ਜੇ ਇੱਕ ਸ਼ੇਰ ਯਾਦ ਆ ਰਿਹਾ ਉਰਦੂ ਦਾ ਜੰਨਤ ਮੇ ਭੀ ਝਾਂਕ ਕੇ ਦੇਖਾ ਜੰਨਤ ਮੇ ਭੀ ਝਾਂਕ ਕੇ ਦੇਖਾ ਹੱਸੂ ਫਿਤਨੇ ਜਾਗ ਰਹੇ ਥੇ ਸਹਿਮੀ ਸਹਿਮੀ ਹੂਰ ਕੇ ਪੀਛੇ ਵਹਿਸ਼ੀ ਮੁੱਲਾ ਭਾਗ ਰਹੇ ਥੇ ਮੇਰੀਓ ਭੈਣੋ ਸਿਰਫ ਜ਼ਮੀਨ ਦਾ ਹਸੂਲ ਸਾਡਾ ਮਕਸਦ ਨਹੀਂ ਹੈ ਸਾਡਾ ਮਕਸਦ ਹੈ ਇੱਕ ਬਿਹਤਰ ਮੁਆਸ਼ਰੇ ਦੀ ਤਸ਼ਕੀਲ ਕਰਨਾ ਜਿਹਦਾ ਇੱਕ ਬੁਨਿਆਦੀ ਸਟੈਪ ਹੋਵੇ ਕੋਈ ਗੱਲ ਨਹੀਂ ਬਿਜਲੀ ਚੱਲ ਗਈ ਹੈ ਮੇਰੀ ਆਵਾਜ਼ ਪਹੁੰਚੇਗੀ ਪਾਣੀ ਦਾ ਜੋਤ ਖਤਮ ਹੋ ਜਾਏਗੀ ਸਾਡੀ ਜਿੱਦੋ ਜੋਤ ਬਿਲਕੁਲ ਖਤਮ ਨਹੀਂ ਹੋਏਗੀ ਜਿਵੇਂ ਮੇਰੀ ਭੈਣ ਨੇ ਇਸ਼ਾਰਾ ਕੀਤਾ ਅੱਜ ਦੀਆਂ ਮਲਟੀਨੈਸ਼ਨਲ ਕੰਪਨੀਆਂ ਤੁਸੀਂ ਜ਼ਮੀਨ ਤੇ ਲੈ ਲਓਗੇ ਤੇ ਬੀਜ ਕਿੱਥੋਂ ਲਵੋਗੇ ਜੇ ਬੀਜ ਲੈ ਲਓਗੇ ਤੇ ਖਾਦ ਕਿੱਥੋਂ ਲਵੋਗੇ ਕਿਉਂਕਿ ਗੈਰ ਮੁਲਕੀ ਕੰਪਨੀਆਂ ਨੇ ਬੈਨ ਅਲਕਵਾਮੀ ਕੰਪਨੀਆਂ ਨੇ ਆਪਣਾ ਤਸੱਲੁਤ ਇੱਥੇ ਜਮਾ ਕੇ ਇਹਨਾਂ ਸਾਰਿਆਂ ਦੇ ਰੇਟ ਇੰਨੇ ਉੱਤੇ ਕਰ ਦਿੱਤੇ ਨੇ ਕਿ ਸਾਡੀ ਕੁਵਤ ਤੇ ਖਲੋਈਏ ਇੱਥੇ ਸੜਕਾਂ ਦੇ ਉੱਤੇ ਬਾਹਰ ਨਿਕਲਈਏ ਤੇ ਇਸਲਾਮਾਬਾਦ ਤੇ ਵਾਸ਼ਿੰਗਟਨ ਦੇ ਮਹਿਲਾਤ ਕੰਮ ਉੱਠਣ ਮੈਂ ਇੱਕ ਛੋਟੀ ਜਿਹੀ ਨਜ਼ਮ ਸੁਣਾ ਕੇ ਆਪਣੀ ਗੁਫ਼ਤਗੂ ਦਾ ਇਖਤਤਾਮ ਕਰਨਾ ਤੁਹਾਨੂੰ ਅੱਜ ਦੇਖ ਕੇ ਜਿਹੜਾ ਮੈਨੂੰ ਅਹਿਸਾਸ ਹੋਇਆ ਉਹੀ ਹੋਇਆ ਕਿ ਜਸ਼ਨ ਬਪਾ ਹੈ ਕੁਟੀਆਂ ਮੈਂ ਊਚੇ ਈਵਾਂ ਕਾਂਪ ਰਹੇ ਹੈ ਜਸ਼ਨ ਬਪਾ ਹੈ ਕੁਟੀਆਂ ਮੈਂ ਊਚੇ ਈਵਾਂ ਕਾਂਪ ਰਹੇ ਹੈ ਮਜ਼ਦੂਰੋਂ ਕੇ ਬਿਗੜੇ ਤੇਵਰ ਦੇਖ ਕੇ ਸੁਲਤਾਨ ਕਾਂਪ ਰਹੇ ਹੈ ਜਾਗੇ ਹੈ ਅਫਲਾਸ ਕੇ ਮਾਰੇ ਜਾਗੇ ਹੈ ਅਫਲਾਸ ਕੇ ਮਾਰੇ ਉੱਠੇ ਹੈ ਬੇਬਸ ਦੁਖਿਆਰੇ ਆਂਖੋਂ ਮੇਂ ਤੂਫਾਂ ਕਾ ਤਲਾ ਤੁਮ ਸੀਨੋਂ ਮੇਂ ਬਿਜਲੀ ਕੇ ਸ਼ਰਾਰੇ ਚੌਕ ਚੌਕ ਪਰ ਗਲੀ ਗਲੀ ਮੇਂ ਸੁਰਖ ਫਰੇਰੇ ਲਹਿਰਾਤੇ ਹੈ ਮਜ਼ਦੂਰੋਂ ਕੇ ਪਾਗੀ ਲਸ਼ਕਰ ਸੈਲ ਚ ਬਤੁੰਦੇ ਆਤੇ ਹੈ ਇਹ ਜਿਹੜੀ ਰੇਂਜਰਾਂ ਤੇ ਪੁਲਸਾਂ ਦੀਆਂ ਸਾਨੂੰ ਧਮਕੀਆਂ ਮਿਲਦੀਆਂ ਨੇ
ਇਹਨਾਂ ਦੇ ਬਾਰੇ ਚ ਇਹੀ ਕਵਾਂਗਾ ਕਿ ਰਾਜ ਮਹਿਲ ਕੇ ਦਰਬਾਨੋਂ ਸੇ ਇਹ ਸਰਕਸ਼ ਤੂਫਾਨ ਨਾ ਰੁਕੇਗਾ, ਚੰਦ ਕਰਾਏ ਕੇ ਤਿਨਕੋਂ ਸੇ ਸੈਲੇ ਪੇ ਪਾਇਆ ਨਾ ਰੁਕੇਗਾ।